ਤੇ ਬਾਬਲ ਕਲਾਂ ਗੋਲੀਕਾਂਡ ਤੇ ਪੰਜਾਬ ਮੁੜ ਤੋਂ ਸਿਆਸਤ ਗਰਮਾ ਚੁੱਕੀ ਹੈ। ਪੰਜਾਬ ਦੇ ਵਿੱਚ ਬੜੇ ਸੈਂਸਿਟਿਵ ਮੁੱਦੇ ਨੇ ਤੇ ਦੂਜੇ ਪਾਸੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ, ਜਦਕਿ ਉਧਰ ਆਮ ਆਦਮੀ ਪਾਰਟੀ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਦੇ ਲਈ ਜ਼ਿੰਮੇਵਾਰ ਠਹਿਰਾਇਆ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਤੇ ਬਾਬਲ ਕਲਾਂ ਗੋਲੀਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਤੇ ਸਿਆਸਤ ਕਰਨ ਦਾ ਇਲਜ਼ਾਮ ਲਗਾਇਆ। ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਰਾਜ 'ਚ ਗੋਲੀਕਾਂਡ ਹੋਇਆ ਹੈ ਹੁਣ ਉਹੀ ਇਲਜ਼ਾਮ ਲਗਾ ਰਹੇ ਨੇ। ਉਧਰ ਸੁਖਦੇਵ ਸਿੰਘ ਢੀਂਡਸਾ ਨੇ ਸੁਰਜੀਤ ਦੀ ਮੌਤ ਨੂੰ ਗੰਭੀਰ ਦੱਸਿਆ ਹੈ ਤੇ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਧਰ ਆਗੂ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ 5 ਸਾਲ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਬੇਅਦਬੀ ਦੇ ਗੁਨਾਹਗਾਰਾਂ ਨੂੰ ਨਾ ਫੜੇ ਜਾਣ ਤੇ ਅਕਾਲੀ ਦਲ ਤੇ ਕਾਂਗਰਸ ਦੋਹਾਂ ਨੂੰ ਘੇਰਿਆ। ਬੇਅਦਬੀ ਦੇ ਮਾਮਲੇ ਤੇ ਮੈਂ ਅੱਜ ਵੀ ਉੱਥੇ ਹੀ ਖੜਾ, ਤੁਸੀਂ ਇਹ ਨਾ ਕਹੋ ਕਿ 3 ਸਾਲਾਂ ਦੇ ਉੱਤੇ ਸਵਾਲ ਚੁੱਕੇ ਨੇ। ਮੈਂ ਬੇਅਦਬੀ ਦੇ ਮਾਮਲੇ ਪਰਟੀਕੁਲਰਲੀ ਇੱਕ ਨਾ ਲਓ, ਮੈਂ ਬਿਜਲੀ ਦੇ ਉੱਤੇ ਚੁੱਕਿਆ, ਮੇਰੇ ਕੋਲ ਆ ਕੇ ਮੇਰੇ ਨਾਲ ਕਿਸੇ ਵੀ ਟੀਵੀ ਚੈਨਲ 'ਤੇ ਬੈਠ ਕੇ ਡਿਬੇਟ ਕਰਤੇ ਦਾ ਮੈਂ ਜਵਾਬ ਦਵਾਂਗਾ। ਅੱਜ ਵੀ ਮੈਂ ਉਹਦੇ 'ਤੇ ਖੜਾ, ਅੱਜ ਵੀ ਮੈਂ ਬੇਅਦਬੀ 'ਤੇ ਖੜਾ, ਬੇਅਦਬੀ ਦਾ ਵੀ ਜ਼ਰੂਰ ਉਹਨਾਂ ਦੀ ਕਰਾਂਗੇ। ਜਿਹੜੀ ਚੀਜ਼ਾਂ ਹੈਗੀਆਂ ਨੇ ਕੈਪਟਨ ਸਾਹਿਬ ਨੇ ਚੁੱਕਿਆ ਉਹ ਕਰਾਂਗੇ। ਕਹਿੰਦਾ ਜੀ ਇਹਦੇ ਵਾਸਤੇ ਬਹੁਤ ਵੱਡੀ ਗੱਲ ਹੈ, ਇਹ ਵੀ ਇਹਦੇ 'ਚ ਮੈਂ ਸਭ ਦਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਪਰ ਜਿੱਦਾਂ ਕਿ ਇਹ ਵੀ ਸੱਚਾਈ ਨਿਕਲੇ ਕਿ ਕਿਹਨੇ ਬਾਬਲ ਕਲਾਂ ਕੇਸ ਕਰਾਇਆ ਔਰ ਕਿਹਦਾ ਹੱਥ ਹੈ ਔਰ ਉਹਨੂੰ ਸਜ਼ਾ ਮਿਲਣੀ ਚਾਹੀਦੀ। 3 ਸਾਲ ਹੁਣ ਹੋ ਗਏ ਸਰਕਾਰ ਬਣੀ ਨੂੰ, 2 ਸਾਲ ਪਹਿਲਾਂ ਹੋ ਗਿਆ, ਅੱਜ 5 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨੂੰ, ਕੋਈ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਹੋਈ ਹੈ, ਲਗਾਤਾਰ ਇਨਵੈਸਟੀਗੇਸ਼ਨ ਜਾਰੀ ਹੈ, ਜਾਂਚ ਜਾਰੀ ਆ ਔਰ ਜਾਂਚ ਦੇ ਦੌਰਾਨ ਹੀ ਇੱਕ ਦੋਸ਼ੀ ਮਾਰਿਆ ਗਿਆ, ਇੱਕ ਗਵਾਹ ਮਾਰਿਆ ਗਿਆ। ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਕਹਿੰਦੀ ਆ ਕਿ ਜਿਹੜੇ ਲੋਕ ਨੇ ਚਾਹੇ ਅਕਾਲੀ ਦਲ ਆ ਚਾਹੇ ਕਾਂਗਰਸ ਆ, ਹਮੇਸ਼ਾ ਜਿਹੜੀ ਗਵਾਹੀ ਆ ਜਿਹੜੇ ਸਬੂਤ ਨੇ ਉਹਨਾਂ ਨੂੰ ਨਸ਼ਟ ਕਰਦੇ ਨੇ, ਖਤਮ ਕਰਦੇ ਨੇ। ਸਬੂਤਾਂ ਨੂੰ ਨਸ਼ਟ ਕਰਨ ਵਜੋਂ ਮੈਂ ਸਮਝਦਾ ਇਸ ਤਰ੍ਹਾਂ ਜਿਹੜਾ ਮਾਹੌਲ ਕ੍ਰੀਏਟ ਕੀਤਾ ਗਿਆ, ਇਸ ਤਰ੍ਹਾਂ ਦਾ ਉਸ ਬੰਦੇ ਦੇ ਆਲੇ ਦੁਆਲੇ ਸਰਦਾਰ ਸਰਜੀਤ ਸਿੰਘ ਦੇ ਆਲੇ ਦੁਆਲੇ ਮਾਹੌਲ ਕਰਿਆ ਕਿ ਅੱਜ ਉਹ ਵਿਚਾਰਾ ਜਿਹੜਾ ਹੈਗਾ ਦਮ ਤੋੜ ਗਿਆ। ਇਸ ਤੋਂ ਪਹਿਲਾਂ ਬੀਤੇ ਦਿਨ ਮੋਗਾ 'ਚ ਇੱਕ ਹੋਰ ਗਵਾਹ ਗੁਰਸੇਵਕ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾ ਕੇ ਸੁਰੱਖਿਆ ਮੰਗੀ ਸੀ। ਗੁਰਸੇਵਕ ਸਿੰਘ ਦਾ ਇਲਜ਼ਾਮ ਸੀ ਕਿ ਉਸ ਨੂੰ 2 ਲੱਖ ਰੁਪਏ ਦੇ ਕੇ ਆਪਣੇ ਬਿਆਨ ਬਦਲਣ ਲਈ ਧਮਕਾਇਆ ਜਾ ਰਿਹਾ ਹੈ। ਗੁਰਸੇਵਕ ਸਿੰਘ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਅਕਾਲੀ ਦਲ ਨੇ ਗੁਰਸੇਵਕ ਸਿੰਘ ਦੇ ਇਲਜ਼ਾਮਾਂ ਤੇ ਵੀ ਕੈਪਟਨ ਸਰਕਾਰ ਨੂੰ ਘੇਰਿਆ ਸੀ। ਅਕਾਲੀ ਦਲ ਦਾ ਇਲਜ਼ਾਮ ਸੀ ਕਿ ਕੈਪਟਨ ਸਰਕਾਰ ਜਾਣ ਬੁੱਝ ਕੇ ਬੇਅਦਬੀ ਦੇ ਮੁਲਜ਼ਮਾਂ ਨੂੰ ਬਚਾ ਰਹੀ ਹੈ। ਜਲੰਧਰ ਤੋਂ ਰਾਜੀਵ ਵਧਵਾ, ਮੋਗਾ ਤੋਂ ਨਵਦੀਪ ਤੇ ਸੰਗਰੂਰ ਤੋਂ ਕੀਰਤੀਪਾਲ ਦੇ ਨਾਲ ਬਿਊਰੋ ਰਿਪੋਰਟ ਸੀ ਮੀਠੀਆ। ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਨੂੰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।